ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਹਰਿਆਣਾ ਦੇ ਨੂੰਹ ਚ ਹਿੰਸਾ ਸਕੂਲ, ਇੰਟਰਨੈਟ ਸੇਵਾਵਾਂ ਕੀਤੀਆਂ ਗਈਆਂ ਬੰਦ, ਗੁਰੂਗ੍ਰਾਮ ਤੱਕ ਧਾਰਾ 144 ਕੀਤੀ ਗਈ ਲਾਗੂ। ਮਹਾਰਾਸ਼ਟਰ ਚ ਨਿਰਮਾਣ ਅਧੀਨ ਪੁਲ ਦੀ ਸਲੈਬ ਤੇ ਡਿੱਗੀ ਕਰੇਨ, 17 ਮਜ਼ਦੂਰਾਂ ਦੀ ਹੋਈ ਦਰਦਨਾਕ ਮੌਤ, ਕੁਝ ਲੋਕਾਂ ਦੇ ਅਜੇ ਵੀ ਮਲਬੇ ਹੇਠਾਂ ਫਸੇ ਹੋਣ ਦਾ ਖਦਸ਼ਾ। ਪੰਜਾਬ ਚ ਡੇਂਗੂ ਦੇ ਨਵੇਂ ਮਾਮਲੇ ਆਏ ਸਾਹਮਣੇ, ਅੱਖਾਂ ਚ ਫਲੂ ਦਾ ਖਤਰਾ ਵੀ ਵਧਿਆ, ਸਿਹਤ ਵਿਭਾਗ ਨੇ ਚੌਕਸੀ ਵਰਤਣ ਦੀ ਦਿੱਤੀ ਸਲਾਹ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਹਰਿਆਣਾ ਦੇ ਨੂੰਹ ਜ਼ਿਲ੍ਹੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਕੱਢੀ ਗਈ ਯਾਤਰਾ ਦੌਰਾਨ ਪਥਰਾਅ ਤੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਤਣਾਅ ਵਾਲਾ ਮਾਹੌਲ ਪੈਦਾ ਹੋ ਗਿਆ। ਇਸ ਹਿੰਸਾ ਵਿੱਚ 2 ਹੋਮਗਾਰਡ ਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ 10 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ। ਪੁਲਿਸ ਮਾਮਲੇ ਨੂੰ ਸ਼ਾਂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਨੇ ਨੂੰਹ 'ਚ ਕਰਫਿਊ ਲਗਾ ਦਿੱਤਾ। ਇਸ ਤੋਂ ਇਲਾਵਾ ਗੁਰੂਗ੍ਰਾਮ, ਪਲਵਲ ਤੇ ਫਰੀਦਾਬਾਦ ਵਿੱਚ ਵੀ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਨੂੰਹ ਤੇ ਫਰੀਦਾਬਾਦ 'ਚ ਇੰਟਰਨੈਟ ਸੇਵਾ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ। ਫਰੀਦਾਬਾਦ, ਗੁਰੂਗ੍ਰਾਮ ਤੇ ਪਲਵਲ ਦੇ ਸਾਰੇ ਸਕੂਲਾਂ ਤੇ ਕਾਲਜਾਂ ਦੇ ਵਿੱਚ ਅੱਜ ਛੁੱਟੀ ਦਾ ਐਲਾਨ ਕੀਤਾ ਗਿਆ। ਫਰੀਦਾਬਾਦ ਵਿੱਚ ਵੀ 2 ਅਗਸਤ ਤੱਕ ਇੰਟਰਨੈਟ ਬੰਦ ਹੈ। ਇਲਾਕੇ 'ਚ ਤਣਾਅ ਮਗਰੋਂ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਨੇ। ਹਰਿਆਣਾ ਸਰਕਾਰ ਨੇ ਤਿੱਖੇ ਫਿਰਕੂ ਤਣਾਅ ਨਾਲ ਨਜਿੱਠਣ ਲਈ ਇਲਾਕੇ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਬੁੱਧਵਾਰ ਤੱਕ ਮੁਅੱਤਲ ਕਰ ਦਿੱਤੀਆਂ। ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਸਮ੍ਰਿੱਧੀ ਐਕਸਪ੍ਰੈਸ ਵੇ ਦੇ 3 ਪੜਾਅ ਦੇ ਨਿਰਮਾਣ ਦੌਰਾਨ ਪੁਲ ਦੀ ਸਲੈਬ ਤੇ ਕਰੇਨ ਡਿੱਗਣ ਕਾਰਨ 17 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਤੇ 3 ਜ਼ਖਮੀ ਹੋ ਗਏ ਨੇ। NDRF ਦੇ ਅਧਿਕਾਰੀ ਨੇ ਦੱਸਿਆ ਕਿ ਕੁਝ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ ਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇੱਕ ਵਿਸ਼ੇਸ਼ ਉਦੇਸ਼ ਵਾਲੀ ਮੋਬਾਈਲ ਗ੍ਰੈਂਟਰੀ ਕਰੇਨ ਸੀ ਜੋ ਪੁਲ ਦੇ ਨਿਰਮਾਣ ਤੇ ਹਾਈਵੇ ਨਿਰਮਾਣ ਪ੍ਰੋਜੈਕਟਾਂ ਵਿੱਚ ਪ੍ਰੀਕਾਸਟ ਬਾਕਸ ਗਾਰਡਰ ਸਥਾਪਿਤ ਕਰਨ ਲਈ ਵਰਤੀ ਜਾਂਦੀ ਸੀ। ਪੰਜਾਬ 'ਚ ਹੁਣ ਤੱਕ ਡੇਂਗੂ ਦੇ 440 ਮਾਮਲੇ ਸਾਹਮਣੇ ਆ ਚੁੱਕੇ ਨੇ। ਇਹਨਾਂ ਵਿੱਚੋਂ 114 ਐਕਟਿਵ ਕੇਸ ਨੇ। ਇਸ ਤੋਂ ਇਲਾਵਾ ਸਿਹਤ ਵਿਭਾਗ ਨੇ ਲੋਕਾਂ ਨੂੰ ਅੱਖਾਂ ਦੇ ਫਲੂ ਤੇ ਸਕਿਨ ਇਨਫੈਕਸ਼ਨ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ। ਸੂਬੇ ਭਰ ਵਿੱਚ ਡੇਂਗੂ ਦੇ ਹੌਟ ਸਪੋਟਸ ਦੀ ਪਛਾਣ ਕੀਤੀ ਗਈ ਹੈ, ਜਿੱਥੇ ਨਿਗਰਾਨੀ ਲਈ ਸਿਹਤ ਟੀਮਾਂ ਤੈਨਾਤ ਕੀਤੀਆਂ ਗਈਆਂ ਨੇ। ਅਧਿਕਾਰੀਆਂ ਵੱਲੋਂ ਰੋਜ਼ਾਨਾ ਉਹਨਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 855 ਬਰੀਡਿੰਗ ਚੈਕਰਾਂ ਦੀ ਸੇਵਾਵਾਂ ਵੀ ਲਈਆਂ ਜਾ ਰਹੀਆਂ ਨੇ। ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਦੇ ਕੇਸਾਂ 'ਚ ਵਾਧਾ ਹੋਣ ਦੀ ਸੂਰਤ ਵਿੱਚ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ 1300 ਬਿਸਤਰਿਆਂ ਵਾਲੇ ਵਿਸ਼ੇਸ਼ ਵਾਰਡ ਬਣਾਏ ਗਏ। ਤੇਲ ਮਾਰਕੀਟਿੰਗ ਕੰਪਨੀਆਂ ਨੇ ਦੇਸ਼ ਭਰ ਵਿੱਚ 19 ਕਿਲੋ ਦੇ LPG ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਦਿੱਲੀ ਵਿੱਚ 100 ਰੁਪਏ ਦੀ ਕਟੌਤੀ ਹੋਈ ਹੈ। ਇਸ ਦੇ ਨਾਲ ਹੀ ਹੋਰ ਮਹਾਨਗਰਾਂ 'ਚ ਲਗਭਗ 93 ਰੁਪਏ ਦੀ ਕਟੌਤੀ ਕੀਤੀ ਗਈ ਹੈ ਤੇ ਹੁਣ ਦਿੱਲੀ ਵਿੱਚ 19 ਕਿਲੋ ਦਾ ਸਿਲੰਡਰ 1680 ਰੁਪਏ ਵਿੱਚ ਮਿਲੇਗਾ, ਜੋ ਹੁਣ ਤੱਕ 1780 ਰੁਪਏ ਵਿੱਚ ਮਿਲਦਾ ਸੀ। ਇਹ ਕੀਮਤਾਂ 1 ਅਗਸਤ ਯਾਨੀ ਕਿ ਅੱਜ ਤੋਂ ਲਾਗੂ ਹੋ ਗਈਆਂ ਨੇ। ਇੰਡੀਅਨ ਆਇਲ ਕਾਰਪੋਰੇਸ਼ਨ ਨੇ ਆਪਣੀ ਵੈਬਸਾਈਟ 'ਤੇ ਨਵੀਆਂ ਦਰਾਂ ਨੂੰ ਅਪਡੇਟ ਕੀਤਾ। ਦੂਜੇ ਮਹਾਨਗਰਾਂ ਦੀ ਗੱਲ ਕਰੀਏ ਤਾਂ ਕਲਕੱਤਾ ਵਿੱਚ ਵਪਾਰਕ ਸਿਲੰਡਰ 1895 ਰੁਪਏ 50 ਪੈਸੇ ਦੀ ਬਜਾਏ 1802 ਰੁਪਏ 50 ਪੈਸੇ 'ਚ ਮਿਲੇਗਾ। ਇਸ ਤੋਂ ਬਾਅਦ ਮੁੰਬਈ 'ਚ 1733 ਰੁਪਏ 50 ਪੈਸੇ ਦੀ ਬਜਾਏ ਹੁਣ 19 ਕਿਲੋ ਦਾ ਗੈਸ ਸਿਲੰਡਰ 1640 ਰੁਪਏ 50 ਪੈਸੇ ਵਿੱਚ ਮਿਲੇਗਾ। ਤਲਵੰਡੀ ਸਾਬੋ ਦੇ ਨੇੜੇ ਲੱਗਦੀ ਉਪ ਮੰਡਲ ਮੌੜ ਮੰਡੀ ਵਿੱਚ ਸੁਨਿਆਰੇ ਦੀ ਬੰਦ ਪਈ ਦੁਕਾਨ ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੌਰਾਨ ਗੋਲੀ ਸ਼ਟਰ ਦੇ ਆਰ ਪਾਰ ਹੋ ਕੇ ਲੰਘ ਗਈ। ਇਸ ਦੇ ਨਾਲ ਹੀ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ, ਜਿਸ ਤੋਂ ਬਾਅਦ ਅਣਪਛਾਤੇ ਵੱਲੋਂ ਦੁਕਾਨਦਾਰ ਨੂੰ ਲਗਾਤਾਰ ਫੋਨ ਕਰਕੇ 25 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ। ਹਰ 2 ਦਿਨ ਬਾਅਦ ਵਟਸਐਪ ਕਾਲ ਰਾਹੀਂ ਗੈਂਗਸਟਰ ਹੈਰੀ ਮੌੜ ਵੱਲੋਂ 25 ਲੱਖ ਰੁਪਏ ਦੀ ਫਿਰੌਤੀ ਮੰਗੀ ਜਾਂਦੀ ਸੀ। ਇਸ ਬਾਰੇ ਜਾਣਕਾਰੀ ਦਿੰਦੇ SPD ਅਜੇ ਗਾਂਧੀ ਨੇ ਕਿਹਾ ਕਿ ਉਹਨਾਂ ਵੱਲੋਂ 9 ਵਿਅਕਤੀਆਂ 'ਤੇ ਮਾਮਲਾ ਦਰਜ ਕਰ 3 ਨੂੰ ਹੁਣ ਤੱਕ ਗ੍ਰਿਫਤਾਰ ਕਰ ਲਿਆ ਗਿਆ, ਜਿਨ੍ਹਾਂ ਕੋਲੋਂ ਅਸਲਾ ਵੀ ਬਰਾਮਦ ਹੋਇਆ। ਇਸ ਦੇ ਨਾਲ ਹੀ ਦੁਕਾਨਦਾਰ ਦੇ ਪਰਿਵਾਰ ਨੂੰ ਪੂਰੀ ਸੁਰੱਖਿਆ ਦਿੱਤੀ ਗਈ ਹੈ।
मानसा दे पिंड मूसा विच एक व्यक्ति दी सप दे डंगन नाल मौत हो गई है। मृतक परिवार विच इकलौता कमाई दा साधन सी, जो अपने पिछे तीन लड़के तीन लड़कियां ते पत्नी नूं छड गया, जिसले पिंड वासियां ने सरकार तो परिवार दे लई मुआवजे दी मांग कीती है। इस बारे सिविल हस्पताल मानसा के डॉक्टर ने दस्सिया कि भोला सिंह नाम का व्यक्ति उन्होंने को ब्रॉडडेड आया से, जिसकी लाश नूं मोर्चरी विच रखवा दिता गया। अमृतसर के मशहूर मृतक गैंगस्टर राणा कंधोवालिया के भरा नूं अगवा करन दी कोशिश करन दा मामला सामने आया। मिली जानकारी अनुसार जग्गू भगवानपुरिया ग्रुप के मैंबरां ने उसनूं अगवा करन दी कोशिश की, जिसनूं मौके ते मौजूद उसके दोस्तों ने बचा लिया। उधर भगवानपुरिया ग्रुप के मैंबर मौके तो फरार हो गए। सारी घटना सीसीटीवी कैमरे के विच कैद हो गई है। फिलहाल पुलिस मामले की जांच विच जुटी हुई है। कपूरथला के सिटी थाने के बाहर एक व्यक्ति वालों अर्धनग्न होकर प्रदर्शन किया गया, जिसका कहना है कि पुलिस वालों उन्होंने नजायज परचा दर्ज करके उन्होंने तंग परेशान किया जा रहा है, जिसन लैके उकत ने पुलिस खिलाफ नारेबाजी की, जिसका रौला सुन के डीसी कैप्टन करनैल सिंह अपने कमरे विचों बाहर आए। उकत व्यक्ति ने जो सारा मामला डिप्टी कमिश्नर को दसिया तो उन्होंने तुरंत कार्रवाई करद एस एस पी मामले की मुड़ जांच करने के हुक्म दिए। इस संबंधी थाना सिटी के एस एच ओ पलविंदर सिंह ने दसिया कि बीते दिन सत्संगी शराफ की दुकान हुई लड़ाई विच औरत समेत दोवां धिरां खिलाफ क्रॉस परचा दर्ज किया गया सी, ते हुण महिला दे पति जसवीर सिंह ने मामले की जांच लई प्रशासन नूं दरखास्त दित्ती है। जिला तरन तारण के सरहदी कस्बा खेमकरण के अधीन सरहदी चौंकी कलस के इलाके विच देर रात पाकिस्तानी ड्रोन की हलचल महसूस की गई सी, जिस तो बाद तड़कसार बीएसएफ ते पंजाब पुलिस वालों सांझा तलाशी अभियान चला के तारबंदी तो करीब 2 किलोमीटर भारतीय खेतर अंदर कस्बा खेमकरण के नज़दीक खेतों च एक ड्रोन को बरामद किए जाने का समाचार है। जानकारी देते हुए डीएसपी भिखीविंड प्रीतेंद्र सिंह ने दसिया कि कस्बा खेमकरण के बार बार बोर सिंह पुत्र पाला सिंह के खेतों चो ड्रोन बरामद होया। इस ड्रोन के नाल 3 पैकेट बरामद हुए ने, जिस विच करोड़ों रुपया की 3.25 किलो के करीब हैरोइन बरामद हुई है। पुलिस वालों इस नूं कब्जे च लैके अगलेरी कार्रवाई शुरू कर दी गई है। थाना सिटी मुखी जगराओं के इंस्पैक्टर जगजीत सिंह की पुलिस टीम ने अन्य कतल की गुत्थी सुलझाने में बड़ी सफलता हासिल की है। जानकारी साझी करते हुए लुधियाना देहाती पुलिस के अधिकारी नवनीत सिंह बैंस ने दसाया कि बीते दिन एक नौजवान की लवारिस लाश बरामद हुई थी, जिसके काफ़ी सट्टा लगन के निशान सन। मृतक व्यक्ति की उम्र 25 से 30 साल के करीब जाप रही थी। एस एस पी देहाती ने दसाया कि पुलिस टीम ने इस अन्य कतल की गुत्थी सुलझाते हुए 9 व्यक्तियों के खिलाफ मामला दर्ज किया, जिन्हों चो 7 को गिरफ्तार कर लिया। बीते दिन भाई जगजीत सिंह हड़ पीड़ितों लिए राहत समगरी लैके पंजाब के कई इलाकों में निकले सन, जिथों उन्होंने मुलाकात अपनी विछड़ी हुई मां नाल हुई सी। 35 साल बाद मां नाल मिलन तो बाद अज भाई जगजीत सिंह अपनी मां नूं अपने घर कादियां ले आए ने, जिथे घर वालियां ते मोहल्ला वासियां ने फुलां दी वरखा करके मां पुत का स्वागत किया। मां पुत दा प्यार देख के हर एक दी अख दे विच खुशी दे हंझू सन। हुण नजर मारदे हां अज दे मौसम दे हाल दे वल। इस नाल ही खबरों का सिलसिला इतने समाप्त होता है। नवियां ताज़ा खबरों के नाल फिर हाजिर होवांगे। तद तक लई दिओ इजाजत, धन्यवाद।